ਸ੍ਰੀਕਾਲ ਪੰਜਾਬੀ ਦੁਨੀਆ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਆਓ ਦੇਖਦੇ ਹਾਂ ਅੱਜ ਦੀਆਂ ਖਾਸ ਖਬਰਾਂ। ਵੀਕਐਂਡ ਲੋਕਡਾਊਨ ਦੇ ਚਲਦੇ ਆ ਬਠਿੰਡਾ ਪੁਲਿਸ ਨੇ ਅੱਜ ਥਾਂ ਥਾਂ ਨਾਕੇ ਲਗਾਏ ਹੋਏ ਸਨ, ਜਿਸ ਤੇ ਹਰ ਆਉਣ ਜਾਣ ਵਾਲੇ ਨੂੰ ਚੈੱਕ ਕੀਤਾ ਜਾ ਰਿਹਾ ਸੀ ਅਤੇ ਜਿਨ੍ਹਾਂ ਕੋਲ ਕੋਈ ਪਾਸ ਨਹੀਂ ਸੀ ਉਹਨਾਂ ਨੂੰ ਨਾਕਿਆਂ ਤੋਂ ਵਾਪਸ ਭੇਜਿਆ ਜਾ ਰਿਹਾ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਮੌਕੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੋ ਲੋਕ ਬਿਨਾਂ ਪਾਸ ਤੋਂ ਘੁੰਮ ਰਹੇ ਹਨ ਉਹਨਾਂ ਨੂੰ ਸ਼ਹਿਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ ਅਤੇ ਜੋ ਜ਼ਰੂਰੀ ਕੰਮ ਜਾਂ ਡਾਕਟਰੀ ਕਮਾਂ ਲਈ ਜਾ ਰਹੇ ਹਨ ਉਹਨਾਂ ਨੂੰ ਕੋਈ ਰੋਕ ਨਹੀਂ ਹੈ। ਪੇਸ਼ ਹੈ ਇਸ ਸੰਬੰਧੀ ਸਾਡੇ ਪੱਤਰਕਾਰ ਯਸ਼ਪਾਲ ਦੀ ਕੁਲਦੀਪ ਸਿੰਘ ਦੇ ਨਾਲ ਇਹ ਵਿਸ਼ੇਸ਼ ਰਿਪੋਰਟ। ਦੇਖੋ ਜੀ, ਪੰਜਾਬ ਸਰਕਾਰ ਦੇ ਜਿਹੜੇ ਨਵੇਂ ਨਿਰਦੇਸ਼ ਆਏ ਨੇ ਕੱਲ ਕਿ ਵੀਕਐਂਡ 'ਤੇ ਲੋਕਾਂ ਦੀ ਜਿਹੜੀ ਆਵਾਜਾਈ ਨੂੰ ਘਟਾਉਣ ਵਾਸਤੇ ਸਿਰਫ ਅਸੈਂਸ਼ੀਅਲ ਜਿਹੜੀਆਂ ਮੂਵਮੈਂਟ ਅਲਾਓ ਕੀਤੀ ਜਾਊਗੀ ਅਤੇ ਜਿਹੜਾ ਵੀ ਬੰਦਾ ਮੂਵਮੈਂਟ ਕਰਨੀ ਚਾਹੁੰਦਾ ਉਹਦੇ ਕੋਲ ਪਾਸ ਹੋਣਾ ਲਾਜ਼ਮੀ ਹੈ। ਸੋ ਇਸ ਕਰਕੇ ਅਸੀਂ ਸਵੇਰ ਤੋਂ 8 ਵਜੇ ਸ਼ਹਿਰ ਦੇ ਵਿੱਚ ਵੱਖ ਵੱਖ ਥਾਂ 'ਤੇ ਨਾਕੇ ਲਾਏ ਹੋਏ ਆ। SSP ਸਾਹਿਬ ਦਾ ਸੀਗਾ ਸਖ਼ਤ ਤੋਂ ਵੀ ਇਹਦੇ ਵਿੱਚ ਕਿਸੇ ਨੂੰ ਵੀ ਕੋਈ ਵੀ ਕਿਸੇ ਤਰੀਕੇ ਦੀ ਢਿੱਲ ਨਾ ਦਿੱਤੀ ਜਾਵੇ, ਸੋ ਉਸੇ ਨੂੰ ਹੀ ਅਸੀਂ ਇੰਪਲੀਮੈਂਟ ਕਰ ਰਹੇ ਹਾਂ। ਸਿਰਫ ਜਿਹੜੀ ਪਾਸ ਵਾਲੀਆਂ ਗੱਡੀਆਂ ਉਹਨਾਂ 'ਤੇ ਅਸੀਂ ਜਿਹੜੀ ਮੂਵਮੈਂਟ ਅਲਾਓ ਕਰ। ਸਰ, ਜਿੰਨੀਆਂ ਵੀ ਗੱਡੀਆਂ ਸੁਬਹ ਦੀ ਆ ਰਹੀਆਂ ਸਾਰੀਆਂ ਪਾਸ ਵਾਲੀਆਂ? ਹਾਂਜੀ, ਜਾਂ ਪਾਸ ਵਾਲੀਆਂ ਗੱਡੀਆਂ ਨੇ ਜਾਂ ਮੈਡੀਕਲ, ਜਿਨ੍ਹਾਂ ਨੂੰ ਮੈਡੀਕਲ ਰਿਕੁਆਇਰਮੈਂਟ।